सारे ने हाथ जोड़ के प्यार भरी सत श्री अकाल। पीजा अपना इधर रेडी है जी खान, सारे जाने बैठे ने। हुणे हुणे किसे ने कोक जिहा खोलिया, डाइट पैप्सी पॉप, हाँ पॉप खोलिया किसे ने। ते आपां तुहानूं कहा सी वी पिछली वीडियो दे विच रवि दा रूममेट कौन आ, तुसीं गैस करियो। बहुत सारिया ने सही ही कमेंट किया वा, ते आ रूममेट दा हत्थ विच आ गया सी। हासी तो पछाण लिया, हुण वी पछाण लिया होणा तुसीं। हुण पछाण लिया होणा। कुछ कहना चाहेंगे तुसीं इहदे बारे? रूममेट मिले नाले थोड़ी देर होई आ मैनूं, मतलब के अच्छा हाँ बड़ा चिरता होया नहीं हैगा, ते बंदा तां ठीक आ, हल तक तां ठीक आ, मजबूरी है ठीक बन के रहना। पीजे नूं हाथ लाई जांदा वा, ठंडा होया ना, भुख लगी आई उहनूं। ते ओह बंदे तुहानूं खास गल दस्सदी आ वी, जो पीजा मंगाउंदा वा ना, आह पीजा साडी पसंद दा वा, ਉਹ ਪੀਜ਼ਾ ਮੰਗਾਉਂਦਾ ਵਾ ਆਲ ਟੋਪਿੰਗਸ। ਉਹ ਕਹਿੰਦਾ ਉਹ ਪੁੱਛਦੇ ਕੀ ਪਾਉਣਾ, ਕਹਿੰਦਾ ਸਾਰਾ ਕੁਛ ਪਾ ਦਿਓ ਜੀ। ਜਿਵੇਂ ਆਹ ਹੁਣ $14 ਦਾ ਪੀਜ਼ਾ ਹੈ ਨਾ, $14-15 ਦਾ ਪੀਜ਼ਾ ਵਾ, ਜਦੋਂ ਉਹ ਪੀਜ਼ਾ ਬਣਵਾਉਂਦਾ ਵਾ ਸੇਮ ਹੀ ਇਹ $27-28 ਦਾ ਬਣਾ ਦਿੰਦਾ। ਛੋਟਾ ਬਣਦਾ ਨਾਲੇ $27-28 ਦਾ, $26 ਦਾ, ਸਾਰੀਆਂ ਟੋਪਿੰਗਾਂ ਇਹ ਸਾਰੀਆਂ ਪਾ ਦਿਓ ਜੀ। ਕਹਿੰਦਾ ਸਾਰੀਆਂ। ਕੀ ਤੁਸੀਂ ਰੈਡੀ ਹੋ ਰਵੀ ਦੇ ਰੂਮਮੇਟ ਨੂੰ ਮਿਲਣ ਨੂੰ ਤਿਆਰ ਕਰ? ਮੈਂ ਤਾਂ ਐਕਸਾਈਟਮੈਂਟ ਚ ਗਲਤ ਬੋਲ ਰਿਹਾ ਵਾ, ਇੰਨਾ ਐਕਸਾਈਟਡ ਹੋ ਚੁੱਕਿਆ ਵਾ ਮੈਂ। Are you guys ready? And 1, 2, 3, your wait is over and it is Ricky! ਨਵੀਂ ਪੀਜ਼ਾ ਖਾਓ, ਪੀਜ਼ਾ ਠੰਡਾ ਹੋ ਜਾਏ, ਬਾਕੀ ਗੱਲਾਂ ਬਾਅਦ ਦੇ ਵਿੱਚ। ਰਿੱਕੀ ਦੇ ਤੁਹਾਨੂੰ ਜਿਹੜਾ ਇਹਦਾ ਮੁੱਢਲਾ ਸੰਘਰਸ਼ ਕੈਨੇਡਾ ਦੇ ਵਿੱਚ ਰਿਹਾ, ਇਹਦਾ ਮੁੱਢਲਾ ਜੀਵਨ, ਉਹਦੇ ਬਾਰੇ ਸੰਖੇਪ 'ਚ ਜਾਣਕਾਰੀ ਤੁਹਾਨੂੰ ਕੁਛ ਹੀ ਪਲਾਂ ਦੇ ਬਾਅਦ ਦਿੱਤੀ ਜਾਵੇਗੀ। ਕਾਸ਼ ਤੁਸੀਂ ਵੀ ਸਾਡੇ ਨਾਲ ਹੁੰਦੇ, ਤੁਸੀਂ ਵੀ ਪੀਜ਼ਾ ਖਾ ਸਕਦੇ। ਸ਼ੁਕਰ ਆ ਨਹੀਂ ਹੈਗੇ, ਉਹ ਸ਼ੈਂਪੇਨ ਨਹੀਂ ਹੈਗੀ। ਉਹਦੇ ਗੈਨੋ ਤੇ ਚਿਲੀ ਫਲੇਕਸ ਨਾਲ ਇਹ ਕਿਵੇਂ ਹੋ ਸਕਦਾ? ਇਸ ਦਿਨ ਵਾਸਤੇ ਲਿਆਂਦੀਆਂ ਸੀਗੀਆਂ। ਰਵੀ ਉਹਨਾਂ ਦੀ ਲਗਜ਼ੋਰੀਅਸ ਬੇਸਮੈਂਟ ਦਾ ਟੂਰ ਵੀ ਆਊਗਾ, ਤੁਸੀਂ ਦੇਖ ਰਹੇ ਹੋ ਪਿੱਛੇ ਕੰਧਾਂ ਹੈ ਜਿਹੀਆਂ ਕੰਧਾਂ, ਦੇਖੀਏ ਕਦੇ ਬੇਸਮੈਂਟ ਦੇ ਵਿੱਚ ਸੋ ਮਚ ਡਿਜ਼ਾਈਨ। ਇਹਦਾ ਫੁੱਲ ਟੂਰ ਅਸੀਂ ਤੁਹਾਨੂੰ ਛੇਤੀ ਹੀ ਲੈ ਕੇ ਆਵਾਂਗੇ, ਤੇ ਸਾਰਾ ਦੱਸਾਂਗੇ ਵੀ ਮਾਲਟਨ ਦੇ ਵਿੱਚ ਇਹਨਾਂ ਦੀ ਬੇਸਮੈਂਟ ਦਾ ਪ੍ਰਾਈਸ ਕੀ ਆ, ਕਿੰਨੇ ਕਮਰੇ ਨੇ, ਜਿਹੜੇ ਸ਼ੈਂਡਲੀਅਰ ਲੱਗੇ ਹੋਏ ਨੇ ਬੇਸਮੈਂਟ ਦੇ ਵਿੱਚ, ਵੀ ਵਿਲ ਸ਼ੋਅ ਯੂ ਐਵਰੀਥਿੰਗ, ਕਿੱਦਾਂ ਦੀਆਂ ਕਲੋਜ਼ਟਸ ਨੇ, ਸਟੈਂਡਿੰਗ ਸ਼ਾਵਰ ਆ ਇਹਨਾਂ ਦਾ, ਬਹੁਤ ਹੀ ਸੋਹਣੀ ਬੇਸਮੈਂਟ ਆ, ਉਹਦਾ ਤੁਹਾਨੂੰ ਟੂਰ ਪ੍ਰੋਬਬਲੀ ਕੱਲ੍ਹ ਹੀ ਵੀਡੀਓ ਦੇ ਵਿੱਚ ਦੇ ਦਾਂਗੇ। ਯਾਰ ਤੁਸੀਂ ਤਾਂ ਕਨਫਿਊਜ਼ ਹੀ ਹੋ ਗਏ ਯਾਰ, ਓਏ ਜੀਜਾ ਜੀ ਦਾ ਤੇਰੇ ਹੁੰਦੇ ਹੋਏ ਜੀਜਾ ਜੀ ਉਹ ਕਰੀ ਜਾਂਦੇ ਨੇ, ਤੂੰ ਕੀ ਕਰਦਾ? ਪਾਓ ਬਈ ਪਾਓ ਮੁੰਡੇ, ਉਹ ਮੈਥੋਂ ਤਾਂ ਰਿਹਾ ਨਹੀਂ ਜਾ ਰਿਹਾ, ਲਿਆਓ ਵੀ ਪੀਜ਼ਾ ਛੇਤੀ ਖਾਈਏ। ਪੀਜ਼ਾ ਸਾਡਾ ਗੱਲਾਂ ਮਾਰਦੇ ਠੰਡਾ ਹੋ ਗਿਆ ਸੀਗਾ ਜੀ, ਪਰ ਚਲੋ ਕੋਈ ਨਾ, ਫਿਰ ਵੀ ਮੈਨੂੰ ਸਭ ਤੋਂ ਘੱਟ ਸਲਾਈਸ ਮਿਲੀ। ਕਿੰਨੇ ਸਲਾਈ ਸੀਗੇ ਤੁਸੀਂ? ਚਾਰ ਚਾਰ ਖਾ ਗਏ? ਨਹੀਂ, ਕਿੰਨੇ ਕਿੰਨੇ ਖਾ ਗਏ ਤੁਸੀਂ? ਹਾਂ ਚਾਰ ਚਾਰ ਖਾ ਗਏ। ਚਾਰ ਚਾਰ ਹਾਏ, ਮੈਨੂੰ ਦੋ ਹੀ ਸਲਾਈਸ ਦਿੱਤੇ ਇਹਨਾਂ ਨੇ, ਦੇਖ ਲਓ ਕਿ ਤਿੰਨ ਤਿੰਨ ਖਾਤੇ ਦਵਾਈ ਲਈ ਨੇ, ਕਿਥੋਂ ਦਵਾਈ ਆ ਤੁਹਾਨੂੰ ਐਂਡ ਚ ਦੱਸਾਂਗੇ। ਇਹ ਗੋਡਿਆਂ ਦਾ ਆਪਰੇਸ਼ਨ ਹੁਣ ਪਤਾ ਹੋਣ ਲੱਗ ਗਿਆ ਕਿ ਹਾਈਟ ਕਰਾਉਂਦੇ ਆ, ਰਿੱਕੀ ਨੇ ਉਹੀ ਕਰਾਇਆ ਵਾ। ਤੇ ਹੁਣ ਆਪਾਂ ਰਿੱਕੀ ਤੋਂ ਕੁਛ ਸਵਾਲ ਪੁੱਛਾਂਗੇ, ਕਿਉਂਕਿ ਰਿੱਕੀ ਨੂੰ ਵੀ ਡੇਢ ਇੱਕ ਸਾਲ ਹੋ ਗਿਆ ਉਰੇ। ਸਾਲ ਸਾਲ ਆਲਮੋਸਟ ਇੱਕ ਸਾਲ, ਸਾਲ ਤੋਂ ਥੋੜਾ ਜਿਹਾ ਜ਼ਿਆਦਾ, ਸਾਲ ਤੋਂ ਥੋੜਾ ਜਿਹਾ, 5-3 ਜ਼ਿਆਦਾ। ਤੂੰ ਰਿੱਕੀ ਹੈ? ਮੈਂ ਦੱਸਦਾ, ਮੈਨੂੰ ਪਤਾ, ਦੇਖ ਲਓ ਨਾ ਕਿੰਨਾ ਡਰਦਾ, ਕਿੰਨਾ ਪਹਿਲਾਂ ਹੀ ਆਨਸਰ ਕਰੀਂਦਾ ਯਾਰ ਸਭ ਜੀ ਨੂੰ, ਆਇਆਂ ਨੂੰ ਇਹਨਾਂ ਹਾਲ ਨੂੰ ਸਾਰ ਨੂੰ ਕਹਿਣਾ ਨਹੀਂ ਹੈਗਾ, ਸਾਰ ਨੂੰ ਕੁਛ ਕਹਿਣਾ ਨਹੀਂ ਹੈ। ਰਿੱਕੀ, ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆਏ ਤਾਂ ਬਹੁਤ ਵਾਰੀ ਸੁਣਿਆ ਕਿ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਕੇ, ਕਈ ਵਾਰ ਕਿਸੇ ਨੂੰ ਕੋਈ ਰਿਸ਼ਤੇਦਾਰ ਲੈਣ ਨਹੀਂ ਆਉਂਦਾ ਜਾਂ ਲੇਟ ਹੋ ਜਾਂਦਾ ਕੰਮ 'ਚ ਫਸ ਜਾਂਦਾ, ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਜਦੋਂ ਮੈਂ ਆਇਆ ਜੀ, ਸਭ ਤੋਂ ਪਹਿਲਾਂ ਤਾਂ ਮੈਂ ਏਅਰਪੋਰਟ 'ਤੇ ਉਤਰਿਆ। ਅੱਛਾ। ਫਿਰ ਮੈਂ ਫੋਨ ਨੂੰ ਵਾਈਫਾਈ ਨਾਲ ਕਨੈਕਟ ਕੀਤਾ ਏਅਰਪੋਰਟ ਵਾਲੇ ਨਾਲ, ਫਿਰ ਮੈਂ ਸਿੰਘ ਸਾਹਿਬ ਨੂੰ ਫੋਨ ਕੀਤਾ, ਨਾਲ ਦੀ ਨਾਲ ਉਤਰਨ ਸਾਰ ਫੋਨ ਨੀ ਚੱਕਿਆ। ਫਿਰ ਮੈਂ ਟਰਾਈ ਕੀਤਾ, ਉੱਥੇ ਲਾਈਨ 'ਚ ਲਾਈਨ ਲੱਗ ਜਾਂਦੀ ਹੈ ਨਾ ਹੁਣ ਕੋਵਿਡ ਕਰਕੇ, ਉਹ ਲਾਈਨ 'ਚ ਲਾਉਂਦੇ ਹੈਗੇ ਪੇਪਰ ਲੈਣ ਵਾਸਤੇ, ਤੇ ਫਿਰ ਮੈਂ ਉੱਥੇ ਲਾਇਆ।
ਕਾਲ ਤਿੰਨ ਚਾਰ ਵਾਰੀ ਫੇਰ ਟਰਾਈ ਕੀਤੀ ਸਾਰੇ ਕਾਗਜ ਪੱਤਰ ਲੈ ਕੇ ਏਅਰਪੋਰਟ ਤੋਂ ਬਾਹਰ ਨਿਕਲਿਆ ਬਾਹਰ ਨਿਕਲਦੇ ਇਹਨਾਂ ਨੇ ਮੈਨੂੰ ਕਾਲ ਕਰਤੀ ਵੀ ਇੰਨੇ ਨੰਬਰ ਟਰਮੀਨਲ ਜਿਹੜਾ ਬਾਹਰ ਲਿਖਿਆ ਜਿਹੜਾ ਕੁਛ ਵੀ ਉਹ ਗੇਟ ਨੰਬਰ ਹੁੰਦਾ ਗਾ ਉੱਥੇ ਮੈਂ ਖੜਾਂਗਾ ਮੈਂ ਇਹਨਾਂ ਨੂੰ ਦੱਸਿਆ ਮੇਰੇ ਕੋਲੇ ਆਹ ਨੰਬਰ ਦਿਖ ਰਿਹਾ ਗਾ ਫਿਰ ਇਹ ਕਹਿੰਦੇ ਚੱਲ ਤੂੰ ਇੱਥੇ ਖੜ ਮੈਂ ਆਉਣਾ ਮੈਂ ਵੀ ਗਿਆ ਸੀ ਨਹੀਂ ਮੈਂ ਹੀ ਗਿਆ ਸੀ ਅੱਛਾ ਫਿਰ ਮੈਂ ਉੱਥੇ ਖੜ ਗਿਆ ਇਹ ਆ ਗਏ ਉੱਥੇ ਮੈਨੂੰ ਪਤਾ ਨਹੀਂ ਸੀਗਾ ਕਿੱਥੋਂ ਜੇ ਆਉਣਗੇ ਫਿਰ ਇਹ ਪਤਾ ਨਹੀਂ ਅਸੀਂ ਆਸੇ ਪਾਸੇ ਕਰਕੇ ਫਿਰ ਕਾਰ ਦੇ ਵਿੱਚ ਅਸੀਂ ਸਮਾਨ ਸਮੂਨ ਰੱਖਿਆ ਕਾਰ ਦੇ ਵਿੱਚ ਸਪੈਸ਼ਲ ਸ਼ੀਲਡਿੰਗ ਲਾਈ ਹੋਈ ਸੀ ਕੋਵਿਡ ਕਰਕੇ ਫਿਰ ਉੱਥੋਂ ਡਰਾਈਵ ਕਰਕੇ ਮੈਨੂੰ ਬੇਸਮੈਂਟ ਦੇ ਵਿੱਚ ਛੱਡ ਕੇ ਆਏ ਜਿੱਥੇ ਮੈਂ ਕੁਆਰੰਟਾਈਨ ਕਰਨਾ ਸੀ ਅਸੀਂ ਸਾਰਾ ਸਮਾਨ ਉੱਥੇ ਰੱਖਿਆ ਇਹ ਮੈਨੂੰ ਛੱਡ ਕੇ ਵਾਈਫਾਈ ਦਾ ਪਾਸਵਰਡ ਦੇ ਕੇ ਸਾਰਾ ਕੁਝ ਖਾਣ ਪੀਣ ਦਾ ਕਰਕੇ ਉੱਥੋਂ ਵਾਪਸ ਚਲੇ ਗਏ ਇੰਨਾ ਟਾਈਮ ਤਾਂ ਮੈਂ ਲਾਇਆ ਵੀ ਨਹੀਂ ਸੀ ਨਾ ਪਿਕ ਕਰਨ ਤੋਂ ਲੈ ਕੇ ਮੂਵੀ ਚੱਲ ਰਹੀ ਆ ਯੂ ਵਾਂਟ ਪੌਪਕੌਰਨ ਬਣਾ ਲਈ ਛੇਵੀਂ ਥਾਂ ਤੇ ਸਭ ਤੋਂ ਪਹਿਲਾਂ ਤਾਂ ਮੈਂ ਕੁਆਰੰਟਾਈਨ ਦੇ ਵਿੱਚ ਰਹਿ ਲਿਆ ਸੀਗਾ ਐਵਰੇਜ ਇਹਦੀ 2 ਮਹੀਨੇ ਚ ਇੱਕ ਬੇਸਮੈਂਟ ਬਦਲ ਜਾਂਦੀ ਹੈ ਹਾਂ 6 ਮਹੀਨੇ ਤੈਨੂੰ ਵੀ ਬਾਹਰ ਦਾ ਰੱਖਦਾ ਨਹੀਂ ਹੈ ਇਦਾਂ ਚੱਲ ਰਿਹਾ ਸੀਗਾ ਪਹਿਲਾਂ ਮੈਂ ਕੁਆਰੰਟਾਈਨ ਦੇ ਵਿੱਚ ਰਿਹਾ ਉਦੋਂ ਮਗਰੋਂ ਇਹ ਮੈਨੂੰ ਛੱਡ ਕੇ ਆਏ ਸੀਗੇ ਮੇਰੇ ਫਰੈਂਡ ਕੋਲੇ ਉੱਥੇ ਫਿਰ ਅਸੀਂ ਉਸ ਤੋਂ ਬਾਅਦ ਬੇਸਮੈਂਟ ਚੇਂਜ ਕੀਤੇ ਸੀਗੇ ਕਿਉਂਕਿ ਉੱਥੇ ਉਹ ਕਹਿੰਦਾ ਸੀ ਸਹੀ ਨਹੀਂ ਸੀਗਾ ਰੈਂਟ ਜ਼ਿਆਦਾ ਆ ਰਿਹਾ ਸੀ ਫਿਰ ਅਸੀਂ 2 ਬੈਡਰੂਮ ਵਾਲੀ ਬੇਸਮੈਂਟ ਲਈ ਉੱਥੇ 4 ਜਣੇ ਰਹਿ ਰਹੇ ਸੀ ਉੱਥੇ ਫਿਰ ਥੋੜ੍ਹਾ ਜਿਹਾ ਪ੍ਰੋਬਲਮ ਹੋ ਗਈ ਮਤਲਬ ਉਹਨਾਂ ਦੀ ਨਾਈਟ ਸ਼ਿਫਟ ਹੁੰਦੀ ਸੀਗੀ ਮੇਰਾ ਦਿਨ ਦਾ ਕੰਮ ਹੁੰਦਾ ਸੀਗਾ ਅਤੇ ਉਹ ਫਿਰ ਜਦੋਂ ਰਾਤ ਨੂੰ ਆਉਂਦੇ ਸੀ ਮੈਨੂੰ ਸੌਣ ਦੇ ਵਿੱਚ ਡਿਸਟਰਬੈਂਸ ਹੁੰਦੀ ਸੀ ਫਿਰ ਮੈਂ ਚੇਂਜ ਕਰ ਲਈ 2 ਮਹੀਨੇ ਲਾਏ ਉੱਥੇ ਫਿਰ ਮੈਂ ਮੂਵ ਹੋਇਆ ਉਦੋਂ ਮਗਰੋਂ ਇੱਕ ਰੂਮ ਦੇ ਵਿੱਚ ਉੱਥੇ ਮੈਂ ਸ਼ੇਅਰਿੰਗ ਦੇ ਵਿੱਚ ਰਿਹਾ ਸੀਗਾ ਅਨਨੋਨ ਪਰਸਨ ਸੀਗਾ ਮੇਰੇ ਨਾਲ ਉਹ ਕੀ ਕਰਦਾ ਉਹਦੀ ਮਤਲਬ ਕਿਸੇ ਨਾਲ ਗੱਲ ਕਰਦਾ ਸੀਗਾ ਰਾਤ ਨੂੰ ਰਾਤ ਨੂੰ ਗੱਲ ਕਰਨ ਲੱਗਿਆ ਮੈਨੂੰ ਜਮਾ ਨੀਂਦ ਨਹੀਂ ਆ ਰਹੀ ਨੀਂਦ ਨਹੀਂ ਆਉਣ ਦਿੱਤੀ ਉਹਨੇ ਸੌਣ ਨਹੀਂ ਦਿੱਤਾ ਸਟੋਰੀ ਸੁਣਾ ਦੇਣੀ ਸੀ ਉਹਨੂੰ ਸਟੋਰੀ ਸੁਣਾ ਦੇਣੀ ਸੀ ਆਲੀ ਉਹਨੂੰ ਨੀਂਦ ਆ ਜਾਣੀ ਸੀ ਮੈਂ ਸੌਣ ਨਹੀਂ ਦਿੰਦਾ ਸੀ ਗੱਲਾਂ ਕਿਤੇ ਕਰਦਾ ਸੀ ਕਰਦਾ ਸੀ ਓ ਮਾਈ ਗੋਡ ਕੀ ਉਹ ਵਿਆਹ ਸੀ ਹਾਂਜੀ ਫਿਰ ਵੀ ਗੱਲਾਂ ਕਰਦਾ ਸੀ ਹਾਂਜੀ ਉਹ ਕਹਿਣਾ ਕੀ ਚਾਹੁੰਦੇ ਰੇਡੀਓ ਤੇ ਨਹੀਂ ਕਹਿ ਸਕਦੇ ਇਹ ਉਹ ਮਤਲਬ ਇੱਥੇ ਆਇਆ ਸੀ ਉਧਰੋਂ ਵਿਆਹ ਆਇਆ ਸੀਗਾ ਇੱਥੇ ਆ ਕੇ ਉਹਨੇ ਸਹੇਲੀ ਬਣਾਈ ਸੀ ਕੋਈ ਸਹੇਲੀ ਦਾ ਵੀ ਬੁਆਏਫ੍ਰੈਂਡ ਸੀਗਾ ਓ ਮਾਈ ਗੋਡ ਕੀ ਕਹਿ ਰਹੇ ਹੋ ਤੁਸੀਂ ਹਾਂਜੀ ਹਾਂਜੀ ਇਹ ਬਿਲਕੁਲ ਸੱਚ ਹੈ ਕਮ ਔਨ ਬੇਬੀ ਇੱਥੇ ਵੀ ਸਹੇਲੀ ਬਣਾਈ ਸੀ ਸਹੇਲੀ ਦਾ ਵੀ ਬੁਆਏਫ੍ਰੈਂਡ ਸੀਗਾ ਕੋਈ ਵੈਨਕੂਵਰ ਸਰੀ ਵੱਲ ਉਹ ਫਿਰ ਗੱਲਾਂ ਕਰ ਰਹੇ ਸੀ ਇੰਨਾ ਕਿਹੜਾ ਡਿਟੇਲ 'ਚ ਦੱਸ ਗਿਆ ਤੈਨੂੰ ਇਹ ਇਨਫੋਰਮੇਸ਼ਨ ਰੱਖਣੀ ਪੈਂਦੀ ਹੈਗੀ ਥੋੜ੍ਹੀ ਜਿਹੀ ਅਪ ਟੂ ਡੇਟ ਰਹਿਣਾ ਪੈਂਦਾ ਹੈਗਾ ਉਹ ਅਲੱਗ ਗੱਲ ਆ ਗਈ ਵੀ ਸੀ ਕਿ ਉਹਦਾ ਨਹੀਂ ਪਤਾ ਸੀਗਾ ਇਹਨੂੰ ਮੁੜਨਾ ਪਿਆ ਸੀ ਨਾ ਏਅਰਪੋਰਟ ਤੋਂ ਉਹਦੇ ਰਿਲੇਟਡ ਕਹਿ ਰਿਹਾ ਵੀ ਸੀ ਕਿ ਉਹਦਾ ਨਹੀਂ ਪਤਾ ਸੀ ਉਹ ਵੀ ਫਿਲਮੀ ਸੀਨ ਸੀਗਾ ਬਹੁਤ ਜ਼ਿਆਦਾ ਡਰਾਮੈਟਿਕ ਰਿਕਿਓਨ ਕਹੀ ਜਾਵੇ ਕਿਤੇ ਮੇਰੇ ਨਾਲ ਪ੍ਰੈਂਕ ਕਰਦੇ ਨੇ ਇਹ ਕਹਿੰਦਾ ਮੈਨੂੰ ਸੱਚੀ ਲੱਗਦੀ ਹੈ ਮਜ਼ਾਕ ਕਰਦੇ ਮੈਂ ਸੋਚਿਆ ਕਿਸੇ ਪਾਸੇ ਕੈਮਰਾ ਕੱਢ ਕੇ ਕਹਿਣਗੇ ਵੀ ਤੁਸੀਂ ਜਾਵਡ ਹੋ ਗਏ ਅਸੀਂ ਤਾਂ ਮਜ਼ਾਕ ਕਰਦੇ ਸੀਗੇ ਫਿਰ ਉਹਨਾਂ ਨੇ ਕੈਮਰਾ ਨਹੀਂ ਕੱਢਿਆ ਇਹਨੂੰ ਕੱਢਦਾ ਤੇ ਦੂਜੀ ਵਾਰ ਜਦ ਇਹ ਤੋਂ ਇੰਡੀਆ ਕੈਨੇਡਾ ਕਿਤੇ ਵੀ ਇੱਕ ਬੰਦੇ ਨੇ ਸੀਏ ਕਿਉਂ ਨਹੀਂ ਮੰਗਿਆ ਸੋ ਇਸ ਲਈ ਸਿਰਫ ਉਹ ਆਫਿਸਰ ਜਾਂ ਉਹਦੇ ਬੰਦੇ ਤੇ ਡਿਪੈਂਡ ਕਰਦਾ ਕਿੱਦਾਂ ਦਾ ਬੰਦਾ ਕਈ ਵਾਰ ਕੋਈ ਡਾਕੂਮੈਂਟ ਦੇਖਦੇ ਨਹੀਂ ਕਈ ਵਾਰ ਕੱਲਾ ਅੱਛਾ ਫਿਰ ਉਹ ਤੈਨੂੰ ਜਾਨੀ ਰਾਤ ਨੂੰ ਸੌਣ ਨਹੀਂ ਦਿੰਦੇ ਚਲੋ ਉੱਥੋਂ ਅਗਲੀ ਮੈਂ ਚਲੋ ਵਧੀਆ ਲੋਕ ਤਾਂ ਇਹੋ ਜਿਹੀਆਂ ਗੱਲਾਂ ਸੁਣਨ ਦਾ ਕਈ ਚਾਹੁੰਦੇ ਹੁੰਦੇ ਆ ਗੱਲਾਂ ਸੁਣੀ ਜਾਇਆ ਕਰਦਾ ਪਰ ਮੈਂ ਕਿਸੇ ਦੀ ਪ੍ਰਾਈਵੇਸੀ ਦੇ ਵਿੱਚ ਐਂਟਰ ਨਹੀਂ ਕਰਨਾ ਚਾਹੁੰਦਾ ਸੀਗਾ ਠੀਕ ਆ ਫਿਰ ਮੈਂ ਉੱਥੋਂ ਚੇਂਜ ਕਰ ਲਈ ਉੱਥੇ ਫਸਟ ਐਂਡ ਲਾਸਟ ਕਰਕੇ ਚੇਂਜ ਕਰ ਲਈ ਚੇਂਜ ਕਰ ਲਈ ਬੇਸਮੈਂਟ ਕੋਈ ਸਿੱਖਣਾ ਗਿਆ ਹੋਵੇ ਉੱਥੇ ਵੀ ਕੋਈ ਚੇਂਜ ਕਰ ਲਈ ਫਿਰ ਪ੍ਰਾਈਵੇਟ ਰੂਮ ਲਿਆ ਉਦੋਂ ਮਗਰੋਂ ਮੈਂ ਤੇ ਹੋਇਓ ਤੋਂ ਹੋਇਆ ਚੱਲਦਾ ਨਹੀਂ ਇੱਥੇ ਪ੍ਰਾਈਵੇਟ ਰੂਮ ਲਿਆ ਉੱਥੇ ਵਧੀਆ ਚੱਲ ਰਿਹਾ ਸੀ 2 ਕੁ ਮਹੀਨੇ ਦਾ ਵਧੀਆ ਚੱਲਿਆ ਪਰ ਫਿਰ ਉੱਥੇ ਉੱਪਰ ਜਿਹੜੇ ਬੰਦੇ ਆਏ ਉਹ ਸਮੋਕਿੰਗ ਕਰਦੇ ਸੀਗੇ ਨਸ਼ੇ ਨੁਸ਼ੇ ਕਰਦੇ ਸੀ ਉਹਨਾਂ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਹੋਣ ਲੱਗ ਗਈ
ਕਿਉਂਕਿ ਇਹ ਉਦੋਂ ਹੀ ਬੰਦ ਕਰ ਦਿੰਦੇ ਫਿਰ ਉਹ ਸਮੋਕਿੰਗ ਕਰਦੇ ਸੀਗੇ ਮਤਲਬ ਉਹ ਕਰਦੇ ਉੱਪਰ ਸੀਗੇ ਤੇ ਪਰ ਉਹਦਾ ਅਸਰ ਹੋ ਗਿਆ ਇਹਨੂੰ ਅੱਜ ਤੱਕ ਕਰਦਾ ਸੀ ਇੰਨਾ ਹੌਲੀ ਹੌਲੀ ਚੱਲਦਾ ਹੋਵੇ ਚਲ ਉੱਥੋਂ ਵੀ ਆ ਗਿਆ ਉੱਥੋਂ ਫਿਰ ਮੈਂ ਉੱਥੋਂ ਚੇਂਜ ਹੋ ਕੇ ਫਿਰ ਮੈਂ ਲਾਸਟ ਤੇ ਹੁਣ ਇੱਥੇ ਆਇਆ ਤਾਂ ਕਰਕੇ ਇੱਥੇ ਮੈਂ ਰੈਂਟ ਮਤਲਬ ਜ਼ਿਆਦਾ ਦਿੰਦਾ ਵੀ ਮੈਨੂੰ ਕੁਛ ਜ਼ਿਆਦਾ ਨਹੀਂ ਲੱਗ ਰਿਹਾ ਕਿਉਂਕਿ ਇੱਥੇ ਮੈਨੂੰ ਵਧੀਆ ਪੀਸਫੁੱਲ ਮਾਹੌਲ ਮਿਲਿਆ ਹੋਇਆ ਗਾ ਤੇ ਹੁਣ ਅਸੀਂ ਆ ਗਏ ਹੁਣ ਫੇਰ ਚੇਂਜ ਕਰਨੀ ਪੈਣੀ ਹੁਣ ਦੇਖੋ ਕਦੋਂ ਨੂੰ ਚੇਂਜ ਕਰਦੇ ਆ ਕਦੋਂ ਨੂੰ ਰੂਮਮੇਟ ਚੇਂਜ ਕਰਨਾ ਪਊਗਾ ਤੇ ਉਹ ਆ ਕੀ ਆ ਛਤਰੀ ਯੇ ਛਤਰ ਤੇ ਪੜ੍ਹਾਈ ਕਿਵੇਂ ਰਹੀ ਤੇਰੀ ਪੜ੍ਹਾਈ ਦਾ ਐਕਸਪੀਰੀਅੰਸ ਕਿੱਦਾਂ ਰਿਹਾ ਅੱਛਾ ਮੈਂ ਵੀ ਕਹਾ ਤੜੀ ਪੜ੍ਹਾਈ ਦਾ ਐਕਸਪੀਰੀਅੰਸ ਕਿਵੇਂ ਰਿਹਾ ਪੜ੍ਹਾਈ ਮੇਰੀ ਵਧੀਆ ਵੀਕਐਂਡ ਤੇ ਸਟੱਡੀ ਹੁੰਦੀ ਸੀ ਅੱਛਾ ਤੇ ਵਧੀਆ ਚੱਲ ਰਿਹਾ ਹੈਗਾ ਸਾਰੇ ਸਮੈਸਟਰਾਂ ਚੋਂ ਮੈਂ ਪਾਸ ਹੋਇਆ ਹੁਣ ਇੱਕ ਸਮੈਸਟਰ ਰਹਿ ਚੁੱਕਿਆ ਹੈਗਾ ਦੇਖੋ ਕੀ ਬਣਦਾ ਹੈਗਾ ਇਹਦੇ ਪਹਿਲਾਂ ਸ਼ਾਇਦ ਕਾਲਜ ਖੁੱਲ ਵੀ ਜਾਂਦੇ ਬਟ ਹੁਣ ਓਮਨੀਕਰੋਨ ਦਾ ਜਿਹੜਾ ਓਮਨੀਕਰੋਨ ਕਿ ਓਮਨੀਕਰੋਨ ਉਹਦੇ ਕਰਕੇ ਸ਼ਾਇਦ ਹੁਣ ਫੇਰ ਇਹਦੇ ਬੰਦ ਹੀ ਰਹਿਣਗੇ ਕੰਪਿਊਟਰ ਦੇ ਪੀਰੀਅਡ ਵੀ ਸਕਿਪ ਕੀਤੇ ਗਏ ਆ ਸਾਡੇ ਫਿਜ਼ਿਕਸ ਕੈਮਿਸਟਰੀ ਦੇ ਕਾਰਨ ਪਰ ਜਿੰਨਾ ਕਿ ਮੈਂ ਸੁਣਿਆ ਨੇ ਆੜੀਆਂ ਦਾ ਇਹਨੂੰ ਫੋਨ ਆਉਂਦਾ ਵੀ ਸਾਡੀ ਅਸਾਈਨਮੈਂਟ ਕਰਾਈ ਕਿਉਂਕਿ ਪੜ੍ਹਨ ਚ ਹੁਸ਼ਿਆਰ ਆ ਤੇ ਬਾਕੀ ਉਹਦਾ ਵੀ ਅਸਰ ਪੈ ਗਿਆ ਨਾ ਸੰਗਤ ਦਾ ਥੋੜੀ ਚਮਚੀ ਮਾਰਨੀ ਹੁੰਦੀ ਆ ਸਰਾਂ ਦੀ ਉਹ ਚ ਐਕਸਪਰਟ ਨਹੀਂ ਏਦਾਂ ਦਾ ਹੈਲੋ ਸਰ ਹੁਣ ਅਗਲੇ ਕੁਸ਼ਚਨ ਦਾ ਆਨਸਰ ਤੂੰ ਇੰਗਲਿਸ਼ ਚ ਕਰਨਾ ਦੇਖਾਂਗੇ ਫਿਰ ਜਾ ਕੇ ਤੇਰੀ ਇੰਗਲਿਸ਼ ਇੰਪਰੂਵ ਹੋਈ ਆ ਕਿ ਨਹੀਂ ਸਾਡੀ ਤਾਂ ਸਾਡੀ ਤਾਂ ਜਮਾ ਖਤਮ ਹੋ ਚੁੱਕੀ ਹੈ ਤੇ ਇਸ ਬਹਾਨੇ ਅਸੀਂ ਉਹ ਬੋਲਾਂਗੇ ਕੁਐਸਚਨ ਪੁੱਛੂਗਾ ਇੰਗਲਿਸ਼ ਚ ਰਵੀ ਓਕੇ 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 ਵੇਟ 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 ਹਾਊ ਵਾਸ ਯੂਰ ਵਰਕ ਲਾਈਫ ਹੇਅਰ ਟੈਲ ਮੀ ਸਮਥਿੰਗ ਅਬਾਊਟ ਯੂਰ ਵਰਕ ਐਕਸਪੀਰੀਅੰਸ ਲਾਈਕ ਹਾਊ ਡਿਡ ਯੂ ਗੈਟ ਯੂਰ ਫਰਸਟ ਜੌਬ ਐਂਡ ਦੈਨ ਸੈਕਿੰਡ ਨਹੀਂ ਐਨ ਨਹੀਂ ਇੱਕ ਕੁਐਸਚਨ ਦੀ ਗੱਲ ਹੋਈ ਸੀ ਨਹੀਂ ਨਹੀਂ ਇੰਗਲਿਸ਼ ਇੰਗਲਿਸ਼ ਦਾ ਸਰ ਕੋਈ ਨਾ ਫਿਰ ਕੀ ਹੈ ਟ੍ਰਾਈ ਉਹ ਵੀ ਆਪਣੇ ਵਰਗੇ ਨੇ ਉਹਨਾਂ ਨੂੰ ਸਮਝ ਆ ਜਾਣੀ ਆਪਣੇ ਬਾਈ ਨੇ ਉਹਨਾਂ ਨੂੰ ਪਤਾ ਉਹ ਵੀ ਆਪਣੇ ਸੰਘਰਸ਼ ਚੋਂ ਨਿਕਲ ਰਹੇ ਨੇ ਚਲੋ ਫਿਰ ਇੱਕ ਇੱਕ ਕਰ ਪੇ ਕੇ ਪੁੱਛੋ ਪੁੱਛਤਾ ਰਿਹਾ ਹਾਊ ਵਾਸ ਯਰ ਫਰਸਟ ਜੌਬ ਹਾਊ ਡਿਡ ਯੂ ਗੈਟ ਇਟ ਐਂਡ ਵੇਅਰ ਵਾਸ ਇਟ ਫਰਸਟ ਜੌਬ ਵਾਸ ਨਾਟ ਗੁੱਡ ਠੀਕ ਆ ਵੈਰੀ ਗੁੱਡ ਯਾ ਫਰਸਟ ਜੌਬ ਵਾਸ ਵੈਰੀ ਫਾਰ ਆਈ ਹੈਵ ਟੂ ਟਰੈਵਲ ਸੋ ਮਚ ਸੋ ਆਈ ਕੁਇਟ ਦੈਟ ਜੌਬ ਹਾਊ ਲੌਂਗ ਇਟ ਟੁਕ for you to get to your first job like when you landed here how long it took 2 to 3 months so finding job in Canada is not even like not that easy as yeah. people say and then what happened after that job I quit from that job I found a new one and now it's pretty much good and how long you have been working in this job like in this company or whatever since last 8 or 9 months so it's been pretty stable yeah that's good that's and good to hear because my co-workers are very good and cooperative that was so. My next question like how is the culture and the main reason that he is living in this area is that because my work is so very near close to this basement Ravi was thinking about this in his head from last 3-4 minutes I was thinking about it assi inna lamba discussion kar liya vi sadi battery mukne wali hai te oh garm ho gaya camera sadi da charger ta camera di mukne wali hai oh ho Ricky hor tu dass kivein reha tenu Canada kivein lagya ਕੈਨੇਡਾ ਬਹੁਤ ਵਧੀਆ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਕਿਸੇ ਤੋਂ ਕਿੱਧਰ ਸੁਣਾ ਰਿਹਾ ਗੋਰਾ ਕੋਈ ਵੀ ਵਿਆਹ ਨਹੀਂ ਕਰਾਉਂਦਾ ਗੋਰਿਆਂ ਦੇ ਵਿਆਹ ਹੋਏ ਹੈਗੇ ਇੱਕ ਦੋ ਦੇ ਪਰ ਉਹਨਾਂ ਦੇ ਡਿਵੋਰਸ ਹੋ ਗਏ ਹੁਣ ਉਹ 14-15 ਸਾਲਾਂ ਤੋਂ ਕਾਮਨ ਲਾ ਦੇ ਵਿੱਚ ਸਾਡੀ ਕੰਪਨੀ ਜਿਹੜੀਆਂ 7 ਹਾਇਰ ਪੋਜੀਸ਼ਨਸ ਉੱਪਰ ਸੀਗੇ ਵਿੱਚ ਲੇਡੀ ਸੀਗੀ ਇੱਕ ਚੀਨਨ ਲੇਡੀ ਸੀ ਨਾ ਸਾਰੇ ਅਲੱਗ ਅਲੱਗ ਸੀਗੇ ਬੰਦੇ ਸੀਗੇ ਕਿਸੇ ਦਾ ਵੀ ਵਿਆਹ ਨਹੀਂ ਹੋਇਆ ਸੀ ਜਿਨ੍ਹਾਂ ਦੇ ਵਿਆਹ ਹੋਏ ਸੀ ਸਾਰੇ ਉਹਨਾਂ ਦੇ ਥੱਲੇ ਕੰਮ ਕਰਦੇ ਸੀ ਸੋ ਇਹਦਾ ਵਾ ਤੇ ਹੋਰ ਕੀ ਪੁੱਛੇ ਰਿੱਕੀ ਤੇ ਤੋਂ
ਬਾਕੀ ਓਵਰਆਲ ਤੇਰਾ ਠੀਕ ਵਧੀਆ ਰਿਹਾ ਤੈਨੂੰ ਹਾਲ ਤੱਕ? ਹਾਂਜੀ ਓਵਰਆਲ ਵਧੀਆ ਰਿਹਾ। ਇਹਦਾ ਸਾਡੇ ਹੁੰਦੇ ਕੌਣ ਤੈਨੂੰ ਔਖਾ ਕਰ ਦਿੱਤਾ? ਉਰੇ ਆਉਣ ਤੋਂ ਬਾਅਦ ਤੈਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਖਰੀਦਣੀਆਂ ਪਈਆਂ ਜਿਨ੍ਹਾਂ ਦੀ ਤੈਨੂੰ ਸਖਤ ਲੋੜ ਪਈ ਵੀ ਮੈਨੂੰ ਆਹ ਬਿਨਾਂ ਨਹੀਂ ਸਰਦਾ? ਜਿਵੇਂ ਕਈ ਵਾਰ ਸੇਫਟੀ ਸ਼ੂਜ਼ ਲੈਣੇ ਪੈਂਦੇ ਆ, ਵਿੰਟਰ ਜੈਕਟ ਲੈਣੀ ਪੈਂਦੀ ਆ, ਲੋਕੀ ਗਲਵਸ ਲੈਂਦੇ ਆ, ਫੋਨ ਲੈਂਦੇ ਆ, ਕਿਹੜੀ ਕਿਹੜੀ ਚੀਜ਼ਾਂ ਤੇ ਤੂੰ ਮਨੀ ਸਪੈਂਡ ਕੀਤੀ? ਮੈਨੂੰ ਸੇਫਟੀ ਸ਼ੂਜ਼ ਲੈਣੇ ਪਏ, ਵਿੰਟਰ ਸ਼ੂਜ਼, ਤੇ ਇੱਕ ਛਤਰੀ ਲੈਣੀ ਪਈ ਸੀਗੀ। ਛਤਰੀ ਉਹਦੇ ਜ਼ਰੂਰੀ, ਛਤਰੀ ਮੈਂ ਪਹਿਲਾਂ ਡਾਲਰਾਮਾ ਤੋਂ ਲਈ ਕਿਉਂਕਿ ਉੱਥੇ ਸਸਤੀ ਮਿਲਦੀ ਆ, ਫਿਰ ਉਹ ਇੱਕ ਦੋ ਬਾਰਿਸ਼ ਦੇ ਵਿੱਚ ਚੱਲੀ, ਉਹ ਹਵਾ ਗਿੱਲੀ ਹੋ ਗਈ, ਫਿਰ ਹਵਾ ਦੇ ਨਾਲ ਉਹ ਟੁੱਟ ਗਈ। ਰਾਹ ਚ ਆਉਂਦਾ ਆਉਂਦਾ ਮੈਂ ਦੇਖ ਰਿਹਾ ਸੀਗਾ ਵੀ ਮੈਂ ਘਰੇ ਪਹੁੰਚ ਜਾ ਬਸ ਕਿਸੇ ਹਿਸਾਬ ਨਾਲ, ਪਿੱਛੇ ਨੂੰ ਹੋ ਜਾਂਦੀ ਉਹ, ਫਿਰ ਕਿਸੇ ਹਿਸਾਬ ਨਾਲ ਮੈਂ ਘਰੇ ਪਹੁੰਚਿਆ। ਫਿਰ ਮੈਂ ਆਹ ਵਾਲੀ ਸ਼ੋਪਰਸ ਦੇ ਵਿੱਚੋਂ ਲਈ, ਉੱਥੇ ਮੈਨੂੰ ਇੰਪਲੋਇਮੈਂਟ ਇੰਪਲੋਈ ਡਿਸਕਾਊਂਟ ਮਿਲਿਆ, ਇਸ ਕਰਕੇ ਮੈਨੂੰ ਮਿਲ ਗਈ ਸਸਤੀ। ਪਰ ਉੱਥੇ ਹੁਣ ਸ਼ੋਰਟੀ ਨੀ ਰਹਿ ਗਈ। ਇਹ ਕੁਛ ਨਾ ਕੁਛ ਗੱਲਾਂ ਇਹੋ ਜਿਹੀਆਂ ਕਰ ਦਿੰਦਾ ਬਲੌਗ ਦੇ ਵਿੱਚ ਜਿਹੜੀ ਸਾਨੂੰ ਕੱਟਣੀਆਂ ਪੈਂਦੀਆਂ ਨੇ। ਲਾਂਡਰੀ ਬਾਸਕਟ ਦੇ ਵਿੱਚ ਖੜਾ ਵਾ। ਸੋ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਸਾਰਿਆਂ ਨੂੰ ਲਵ ਯੂ, ਟੇਕ ਕੇਅਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ।